ਵਪਾਰੀ ਖਾਲਸਾ ਵਾਰੀ ਫਤਿਹ ਪ੍ਰੋਗਰਾਮ ਮਨ ਕੀ ਬਾਤ ਸ਼ੁਰੂ ਹੋਣ ਲੱਗਾ। ਪਹਿਲਾ ਕਾਲਮ ਹੈ ਈਡੀ ਵੱਲੋਂ ਸਾਬਕਾ ਕਮਿਸ਼ਨਰ ਤਲਬ। ਈਡੀ ਨੂੰ ਜਿੰਨਾ ਵੀ ਘੁਟਾਪਾ ਚੜਾ ਗਿਆ ਚੰਗਾ ਹੈ, ਕਿਉਂਕਿ ਭਾਜਪਾ ਦੀ ਹੈ। ਇੰਡੀਗੋ ਦੀਆਂ 55 ਫੀਸਦੀ ਉਡਾਣਾਂ ਹੋਈ ਦੇਰੀ। ਚਲੋ ਹੁਣ ਜੇ ਉਨ੍ਹਾਂ ਦੀ ਮੰਗਾਂ ਨਾ ਮੰਨੋ ਮੁਲਾਜ਼ਮਾਂ ਦੀਆਂ, ਸੰਘਰਸ਼ ਉਨ੍ਹਾਂ ਦਾ ਜਾਇਜ਼ ਸੀ। ਅੱਗੇ ਖਬਰ ਹੈ ਜਸਟਿਸ ਪਾਰਦੀਵਾਲਾ ਵੱਲੋਂ ਸੋਸ਼ਲ ਮੀਡੀਆ ਨੂੰ ਨੱਥ ਪਾਉਣ ਦੀ ਵਕਾਲਤ। ਭਾਈ ਸੋਸ਼ਲ ਮੀਡੀਆ ਨੂੰ ਨੱਥ ਪਾਉਣ ਦੀ ਬਜਾਏ ਸੋਸ਼ਲ ਮੀਡੀਆ ਨੂੰ ਥੋੜੇ ਬਹੁਤ ਇੰਸਟਰਕਸ਼ਨ ਦੇ ਦਿਓ ਕਿ ਕਿੰਨਾ ਕਿੱਦਾਂ ਤੁਸੀਂ ਚੀਜ਼ਾਂ ਪਾ ਸਕਦੇ ਹੋ, ਕਾਨੂੰਨ ਵੀ ਅੱਜ ਨਾ ਲਵੋ ਤਾਂ ਕਿਹਾ ਵੀ ਸਭ ਕੁਝ ਜਾਓ। ਨਿਆਂਪਾਲਿਕਾ ਦੇ ਕੁਝ ਮੈਂਬਰਾਂ ਨੇ ਨਿਰਾਸ਼ ਕੀਤਾ। ਸਿੱਬਲ ਸਾਹਿਬ ਨੇ ਬੜੀ ਕਹਿ ਲਓ ਦਲੇਰੀ ਕੀਤੀ ਹੈ। ਸਿੱਬਲ ਸਾਹਿਬ ਤੁਹਾਨੂੰ ਮੋਦੀ ਚੁੱਕ ਕੇ ਅੰਦਰ ਨਾ ਦੇ ਦੇ, ਸੋ ਦੇਵੇ ਨਾ ਆ ਦੇਵੇ ਤੇ ਮੋਦੀ ਨੂੰ ਫੜ ਕੇ ਸਾਰੇ ਕੁੱਟੋ। ਪੰਜਾਬ ਮੰਤਰੀ ਮੰਡਲ ਦਾ ਵਿਸਥਾਰ ਅੱਜ, ਵਧਾਈਆਂ ਵਧਾਈਆਂ ਵਧਾਈਆਂ। ਮਹਾਰਾਸ਼ਟਰ ਭਾਜਪਾ ਦਾ ਰਾਹੁਲ ਨਰਵੇਂਕਰ ਸਪੀਕਰ ਬਣੇ, ਮੈਂ ਕੀ ਲੈਣਾ ਦੇਣਾ। ਸੰਯੁਕਤ ਕਿਸਾਨ ਮੋਰਚਾ ਕਿਸਾਨੀ ਮੰਗਾਂ ਲਈ ਮੁੜ ਸਰਗਰਮ, ਲੱਗੇ ਰਹੋ ਆਪਾਂ ਕੀ ਲੈਣਾ ਦੇਣਾ। ਪਰਿਵਾਰਵਾਦ ਦੀ ਸਿਆਸਤ ਤੋਂ ਅੱਗੇ ਦੇਸ਼ਵਾਸੀ, ਪਰਿਵਾਰਵਾਦ ਤੋਂ ਦੇਸ਼ਵਾਸੀ ਅੱਗੇ ਨੇ, ਤੇਰੇ ਫਿਰਕੂਵਾਦ ਤੋਂ ਵੀ ਅੱਗੇ ਨੇ। ਤੂੰ ਵੀ ਖੋਤਾ ਤੇ ਉਹ ਵੀ ਖੋਤੇ, ਇਸ ਗੰਢੀ ਖੋਤੇ ਬਹੁਤ ਹੋ ਗਏ ਨੇ। ਰਿਆਸੀ ਵਿਚ ਲੋਕਾਂ ਨੇ ਸਾਬਕਾ ਭਾਜਪਾ ਵਰਗਾ ਸੈਨ ਦੋ ਲਸ਼ਕਰ ਦਹਿਸ਼ਤ ਫੜੇ। ਚਲੋ ਚੰਗੀ ਗੱਲ ਹੈ, ਆ ਵੇਖਾਂ। ਰੋਜ਼ ਦੇ ਬਾਹਰ ਆਇਆ ਰਾਮ ਜੀ ਮਹਿਰੂਪੀਆ, ਆਵੇ ਨਵੇਂ ਕੰਮ ਚੱਲ ਪਿਆ। ਤੇ ਅਗਲੀ ਖਬਰ ਹੈ ਜੀ, ਜਸਟਿਸ ਚੀਫ ਜਸਟਿਸ ਵੱਲੋਂ ਕੈਲੀਫੋਰਨੀਆ ਦੀ ਗਵਰਨਰ ਨਾਲ ਮੁਲਾਕਾਤ। ਚਲੋ ਕਰੀ ਚਲੋ, ਫੋਟੋਆਂ ਖਿਚਾਉਣ ਦਾ ਸ਼ੌਂਕ ਹੋਏਗਾ ਤੁਹਾਨੂੰ। ਤੇ ਅੱਗੋਂ ਆ ਰਿਹਾ ਜੀ ਖਬਰ, ਜੋ ਲੋਕ ਖਾਸ ਹੈ ਨੀ ਖਬਰ।